Salut alors. رحم اللہ من کر السور فاتحہ بسم اللہ الرحمن الرحیم الحمد للہ رب العالمین الرحمن الرحیم مالک یوم الدین ایاک نعبد و ایاک نستعین اہدنا الصراط المستقیم صراط الذین انعمت علیہم غیر المغضوب علیہم ولا الضالین بسم اللہ الرحمن الرحیم باواز بلند تر صلوات نعرہ تکبیر نعرہ رسالت نعرہ حیدری باواز بلند تر صلوات اجازت ہے میں عقیدے دی نماز شروع کراں اگر جناب دی طبیعت اس خوشگوار موسم تیرو پاکیزہ ہوئے تو میں چند منٹ جناب دے سامنے تطہیر والے گھرانے دا ذکر کرن اعوذ باللہ من الشیطان اللیم الرجیم بسم اللہ الرحمن الرحیم یا علی تو ہے میرا امام مومن تے منافق دی پہچان الحمد للہ رب العالمین والعاقبۃ للمتقین وجنۃ للمؤمنین والنار للکافرین والمنافقین بے شمار لعنت ملو السلام و السلام علی ملکان نبیان و آدم بین الماء و تین سلوات دیکھو سلوات کم از کم سلوات تلن تک پہنچے ہی ایسی بلند تر سلوات پڑھو سید سکلین الشمس المشرقین والمغربین جدیل حسن والحسین ابوالقاسم محمد صلوات نظر بات فی یوم الخندہ کے افضل میں نے باؤ دات سکلائیں لدے سبتائیں اللہ شان و الحسین رویت بلند کر کے نعرہ حیدری مشکل کچھ السلام و السلام علی سیدت الجلیلت المخدومت المحرومت انمیرا سیابیہ سیدت النساء العالمین پڑھدا پیاں خیام دے اولے پیو اصغر دا
ਮਜਲਿਸ ਵਿੱਚ ਆਉਂਦਾ ਉਹ ਹੈ ਜਾਂਦਾ ਦਿਲ ਹੋਵੇ ਮੁਕਾਣ 'ਤੇ। ਇਹ ਇੱਕ ਹਿੰਦੂ ਦਾ ਲਿਖਿਆ ਹੋਇਆ ਬੰਦ ਹੈ। ਅਗਰ ਸੈਨ ਨੇ ਦਿੱਲੀ ਸਰਾਇਤ ਕਰ ਗਿਆ ਮੁਲਤਾਨ ਵਾਲੇ, ਉਹ ਮੈਂ ਦਾਅਵੇ ਨਾਲ ਪਿਆ ਦਾਂ ਕਬਰ 'ਚ ਅਲੀ ਕੋ ਮੁਕਾਣ ਪਹਿਲੇ ਦੇਸੇ ਅਤੇ ਜ਼ਿਆਰਤ ਬਾਅਦ ਵਿੱਚ ਕਰੇ ਸੀ। ਖਯਾਮ ਦੇ ਓਹਲੇ ਪਿਓ ਅਸਗਰ ਦਾ ਪੜਦਾ ਪੀਆ ਖਯਾਮ ਦੇ ਓਹਲੇ ਪਿਓ ਅਸਗਰ ਦਾ ਕਰ ਬੈਠੇ ਕਬਰ ਤਿਆਰੇ ਵਾਲ ਪੁੱਤਰ ਮਸੂਮ ਦੇ ਸਮਣ ਦੀ ਜੈ ਬੈਠਾ ਨਾਲ ਹੰਝੂ ਦੇ ਠਾ ਵਾਲ ਪੁੱਤਰ ਮਸੂਮ ਦੇ ਸਮਣ ਦੀ ਜੈ ਬੈਠਾ ਨਾਲ ਹੰਝੂ ਦੇ। ਰੋਣ ਵਾਲੀ ਤਾਂ ਅਗਲੀ ਗੱਲ ਹੈ, ਕਿਉਂ ਮਿੱਟੀ ਤੇ ਬਹਿ ਕੇ ਗਰੀਬਾਂ ਕੋ ਰੋਂਦੇ। ਸਯਦਾ ਦੇ ਕੀ ਰੇਤ ਸਟਿਆ ਮਾਡੇ ਹੱਥ ਸੜਦੇ ਏ ਰੇਤ ਹੈ ਮਿਸ਼ੇਲ ਅੰਗਾਰੇ ਤੁਹਾਡੇ ਮੂੰਹ ਤੇ ਪਾਵਾਂ ਜਲ ਵੈਸੇ ਨੇ ਕਿਉਂ ਡਨਾਜ਼ ਕਹਿਨ ਰੁਖਸਾ ਜੀ ਜੀ ਨੌਕਰਾਂ ਬਾਬਾ ਨੌਕਰ ਮਾਲਿਕ ਤੁਹਾਡੀ ਮੁਕਾਨ ਕਬੂਲ ਫਰਮਾਵੇ। ਸਿਵਾਏ ਗੰਮੇ ਸ਼ਬੀਰ ਦੇ ਦੁਨੀਆਂ ਦਾ ਕੋਈ ਦੁੱਖ ਨਾ ਦੇਖੋ। ਮੇਰੀ ਤਬੀਅਤ ਠੀਕ ਨਹੀਂ, ਦੁਆ ਗਿਣਨੀ ਹੈ। ਮਾਵਾਂ ਦੇ ਦਿਲ ਬੜੇ ਨਾਜ਼ੁਕ ਹੁੰਦੇ ਨੇ। ਕੋਈ ਲੰਬੀ ਮਜਲਿਸ ਨਹੀਂ ਪੜ੍ਹਨੀ, ਜਿਵੇਂ ਬਿਰਾ ਨਾਲ ਵਾਅਦਾ ਕੀਤਾ 10 ਤੋਂ 12 ਮਿੰਟ ਦੀ ਹਾਜ਼ਰੀ। ਪੁੱਤਰ ਦੇ ਪੇਰ 'ਚ ਕੰਡਾ ਲੱਗ ਪਵੇ ਨਾ, ਮਾਂ ਦੇ ਮੂੰਹ 'ਚ ਬੇਸਾਖਤਾ ਨਿਕਲਦਾ ਬਿਸਪਿੱਲਾ, ਇਵੇਂ ਨਾ ਬਾਬਾ। ਹੁਣ ਜਿਗਰ 'ਤੇ ਹੱਥ ਰੱਖੋ, ਰੋਣ ਦੇ ਤੁਹਾਡੇ ਦਿਹਾੜੇ ਆ ਗਏ ਨੇ। ਮੈਂ ਤਾਂ ਕੋਈ ਇੱਕ ਮਾਂ ਦਿਖਾਵਾਂ ਕਰਬਲਾ ਦੇ ਮੈਦਾਨ 'ਚ, ਜਿਹਦੇ ਸਾਹਮਣੇ ਡੂ ਪੁੱਤਰ ਕੁੱਠੇ ਪਏ ਨੇ। ਮਹਿਲੇ ਸੁਣਾ ਦੀ ਉਹ ਸੀ ਨਾ, ਜਿਹਨਾਂ ਦੀ ਤਵੱਜੋ ਉਹ ਸੀ ਮਹਿਲੇ ਵਾਲੇ ਪਾਸੇ। ਪੁੱਤਰ ਕੁੱਠੇ ਪੈਣ, ਮਾਂ ਰੋਂਦੀ ਨਹੀਂ। ਤੁਹਾਡੇ ਮੁਸ਼ਾਹਦੇ ਦੀ ਬਾਤ ਤੋਂ ਸੀ, ਤੁਸਾਂ ਮਾਵਾਂ ਡਿੱਠੀਆਂ ਹੋ ਸਨ ਜਿਹੜੀਆਂ ਆਪਣੇ ਬਿਰਾਵਾਂ ਤੋਂ ਫੋਨ ਕਰਦੀਆਂ, ਜਲਦੀ ਆ ਜਾਓ ਮੇਰਾ ਪੁੱਤਰ ਬਿਮਾਰ ਹੈ। ਰੋਣ ਤੁਹਾਡੇ ਵਾਸੀ 'ਚ ਨਹੀਂ, ਹੈ ਕਰਨ ਤੁਹਾਡੇ ਵਾਸੀ 'ਚ। ਇਹ ਉਹ ਮਾਂ ਹੈ, ਪੁੱਤਰ ਕੁੱਠੇ ਪੈਣ ਅਤੇ ਰੋਂਦੀ ਨਹੀਂ। ਹੁਸੈਨ ਜੀਆਂ ਬਾਦਸ਼ਾਹ ਬਿਰਾ ਮਿੰਨਤ ਪੈਠ ਕਰਦੇ, ਬਹਿਣ ਇਹਨਾਂ ਕੋ ਰੋ, ਪਰਾਂ ਤੇ ਮੂੰਹ ਕਰਕੇ ਆਦੀ ਇਹਨਾਂ ਕੋ ਨਰੋ ਸਾਂ। ਕਿਆ ਬਾਤ ਸੋਹਣੀ ਹੈ ਕੀਤੀ, ਇਹਨਾਂ ਕੋ ਨਰੋ ਸਾਂ। ਸਹੀ ਆਦਾ ਦੇ ਪੁੱਤਰ ਸਮਝ ਕੇ ਨਹੀਂ, ਸ਼ਹੀਦ ਸਮਝ ਕੇ ਤਰੋ। ਬੀਬੀ ਆਦੀ ਇਹਨਾਂ ਕੋ ਨਰੋ ਸਾਂ। ਸ਼ਾਇਦ ਹੀ ਬਰੇ ਮਜਮੇ 'ਚ ਕੋਈ ਡਾਕਟਰ ਜਾਂ ਹਕੀਮ ਬੈਠਾ ਹੋਵੇ, ਅਗਰ ਕਿ ਇਨਸਾਨ ਦਾ ਨੁਕਸਾਨ ਥੀਆ ਪਿਆ ਹੋਵੇ ਨਾ, ਤਾਂ ਨਰੋਂ ਦਾ ਪਿਆ ਹੋਵੇ। ਇਹ ਆਦਿਨ ਇੱਕੋ ਜ਼ਬਰਦਸਤੀ ਰੁਆਓ, ਇਹ ਨਰੂ ਨਾਨਾ ਤਾਂ ਇਹ ਮਰ ਵੈਸੀ। ਹੁਸੈਨ ਨਿਗਾਹ ਇਮਾਮਤ ਨਾਲ ਡਿੱਠੇ, ਬਹਿਣ ਦਾ ਨੁਕਸਾਨ ਹੀ ਵੱਡੇ। ਰੋਂਦੀ ਨਹੀਂ ਪਈ, ਹੁਸੈਨ ਸੋਚੇ ਨਹੀਂ ਰੋਂਦੀ ਪਈ, ਨੁਕਸਾਨ ਹੀ ਵੱਡੇ। ਇਹ ਨਰੂ ਨੀ ਇਹ ਮਰ ਵੈਸੀ, ਮੇਰੀ ਬਹਿਣ ਮਰ ਗਈ ਤਾਂ ਹਰ ਸ਼ੈ ਮਰ ਵੈਸੀ। ਇਹ ਹੁਣ ਰਲਿਓ ਜਰਾ, ਤੁਹਾਡਾ ਮਿਆਰੇ ਸਮਾਤ ਹੈ। ਅਲਹਮਦੁਲਿਲਾ ਸੋਹਣਿਆ ਸਵਾਲ ਫਰਮੈਨੇ ਰੋ। ਬੀਬੀ ਆਦੀ ਨਾ ਰੋ ਸਾਂ, ਸਮਝ ਗਈਆਂ ਨਾ, ਤੂੰ ਇਮਾਮ ਹੈ, ਮੈਂ ਆਲਿਮਾਂ ਗੈਰੇ ਮੌਲਿਮਾਂ, ਤੂੰ ਮੇਰੇ ਰੋਣ ਦੇ ਹੱਕ 'ਚ ਨਾ। ਸਹੀ ਆਦਾ ਦੇ ਹਾ ਬਹਿਣ, ਹੁਣ ਬੰਦਾ ਦੇਖ ਸਾਂ ਕਿਹੜੇ ਜਰਾ ਦੇ ਗਰੀਬ ਦੀ ਮਜਲਿਸ 'ਚ ਵਾਂਦਾ ਤੇ ਮੂੰਹ 'ਚੋਂ ਹੈ ਨਹੀਂ ਨਿਕਲਦੀ। ਬੀਬੀ ਆਦੀ ਮੇਰੇ ਰੋਣ ਦੇ ਹੱਕ 'ਚ ਨਾ, ਤਾਂ ਚੁੱਪ ਕਰਕੇ ਖੜੋ ਥੀ, ਕਹੇ ਰੋਣ ਦਿੱਤਾ ਤਾਂ ਨਵੇ ਕਲੀ ਤੈਕੂ ਰੋ ਸਾਂ। ਅੱਲਾ ਮਾਨ ਮੈਂ ਡਾਲਾ ਹੀ ਨਾ ਆਵਾਜ਼ਾਂ ਤੇ ਰਹਿਮਤ ਨਾਜ਼ਿਲ ਫਰਮਾ। ਤੇਰੇ ਹੋਰ ਕੁਰੋ ਸਾਂ, ਤੇਰੇ ਹਬੀਬ ਕੁਰੋ ਸਾਂ। ਮੈਣ ਮੈਡੂ ਜਾਂ ਚਾਰ ਕਰਨੇ ਨਾ, ਆਖਰੀ ਬਾਤ ਫਰਮੈਂਦੇ ਨੇ, ਬਹਿਣ ਹੋਰ ਕੁਰੁਨੀ, ਹਬੀਬ ਕੁਰੁਨੀ, ਵਾਹਬ ਕੁਰੁਨੀ, ਜੌਣ ਜਿਹਦੇ ਨਾਲ ਸਾਡਾ ਖੂਨ ਹੀ ਨਹੀਂ ਰਲਦਾ, ਉਹ ਕੁਰੁਨੀ
ਇਹੀ ਤਾਂ ਤੇਰੇ ਪੁੱਤਰਿਨ ਤੇ ਸ਼ਹੀਦਿਨ, ਇਹਨਾਂ ਕੋ ਕਿਉਂ ਨਾ ਪਈ ਰੋਂਦੀ? ਬੀਬੀ ਆਦੀ ਹੈ ਮਜਬੂਰੀ ਹੈ, ਤਵੱਜੋ ਕਰਾਇਆ ਨਿਆ ਜੋ ਹੁਸੈਨ, ਬੀਬੀ ਆਦੀ ਹੈ ਮਜਬੂਰੀ ਹੈ। ਇਹ ਮਜ਼ਮੂਨ ਦਾ ਜੁਗ ਜੁਮਲਾ ਜਿਹੜਾ ਤੁਹਾਡੀ ਝੋਲੀ 'ਚ ਪਾਉਣੇ ਆ, ਸਈਆ ਦਾਦੇ ਮੈਂ ਬਿਰਾ ਹੁਸੈਨ ਤੂੰ ਵੱਡੀ ਕੋਈ ਮਜਬੂਰੀ ਹੈ, ਬੀਬੀ ਆਦੀ ਹੈ ਵੱਡੀ ਮਜਬੂਰੀ ਹੈ। ਰੂਈਂਦਾ ਊਂ ਸ਼ੈ ਕੋ ਹੈ ਜੇ ਕੋਈ ਯਾਦ ਕਰੀ ਜੇ, ਸਦਕਾ ਯਾਦ ਨਹੀਂ ਕਰੀਂਦਾ। ਪੱਥਰ ਦਿਲ ਦਾ ਮੈਂ ਜਾਮਿਨ ਨਾ ਜਿਹੜਾ ਮੁਕਾਣੀ ਬਣ ਕੇ ਆਇਆ ਬੈਠਾ ਇਵੇਂ ਖਾਲੀ ਵੱਲ ਵੈਸੀ, ਸਦਕੇ ਤੂੰ ਯਾਦ ਆ ਗਈ ਆ। ਜਿਹੜੇ ਜ਼ਵਾਰ ਬੈਠੇ ਨੇ ਮੇਰੀ ਗਵਾਹੀ ਦੇ ਸਨ, ਜਿਹੜੇ ਨਹੀਂ ਵੇ ਗਏ ਝੋਲੀ ਚੇਖਣਾ, ਉਤਨੇ ਤੱਕ ਤੇਰੀ ਅੱਖ ਬੰਦ ਨਥੀ ਵੇ, ਜਿਤਨੇ ਤੱਕ ਸ਼ਾਮ ਨਵਈਏ ਖੁੱਲ ਗਏ ਨਹੀਂ ਸ਼ਾਮ ਦੇ ਰਸਤੇ। ਅੱਜ ਵੀ ਕੋਈ ਜ਼ਾਕਿਰ ਸ਼ਾਮ ਵੰਜ ਕੇ ਮੇਰੀ ਮਖਦੂਮਨ ਦੇ ਰੋਜ਼ੇ 'ਤੇ ਔਨੋ ਮੁਹੰਮਦ ਪੜ੍ਹੇ ਨਾ, ਪਰਦੇ ਦੇ ਅੰਦਰ ਉੱਠੀ ਖੜਦੀ ਏ ਅਤੇ ਜ਼ਾਕਿਰ ਦਾ ਮੁਖਾਤਿਬ ਥੀ ਕਿ ਆਦੀ ਹੈ ਸੁਣਾ ਸੰਗਨਾ ਤਾਂ ਮੇਰਾ ਅਕਬਰ ਸੁਣਾ। ਮੌਲਾ ਮਾਤਮ ਕਬੂਲ ਕਰੇ ਵੇ ਤੁਹਾਡਾ, ਸੁਣਾ ਸੰਗਨੇ ਮੇਰਾ ਅਕਬਰ ਸੁਣਾ, ਏਡੂ ਤਾਂ ਮੈਂ ਉਹਦਾ ਸਦਕਾ ਕੀਤੇ ਹਨ। ਮੁਲਤਾਨ ਵਾਲਿਓ, ਆਲੀਆ ਹੁਸੈਨ ਦੀ ਹੁਸੈਨ ਬਾਦਸ਼ਾਹ ਨਾਲ ਮੁਹੱਬਤ ਮੈਂ ਨਾ ਆਖ ਸਕਦਾ, ਬੂ ਛੋਟਾ ਲਫ਼ਜ਼ ਏ। ਮੁਵੱਦਤ ਵੀ ਆਲੀਆ ਹੁਸੈਨ ਦੇ ਤਨਾਜ਼ਰ ਹੀ ਛੋਟਾ ਲਫ਼ਜ਼ ਏ, ਕਿਉਂਕਿ ਮੁਵੱਦਤ ਏ ਤੁਹਾਕੂ ਸਾਕੂ ਉਹਨਾਂ ਨਾਲ। ਹਾਂ, ਇਤਨਾ ਮੈਂ ਆਖ ਸਕਦਾ ਇਹ ਬੀਬੀ ਜ਼ਾਤ ਹੁਸੈਨ 'ਚ ਫਨਾ ਹੈ। ਹਾਂ, ਜਿਵੇਂ ਮੱਛਲੀ ਪਾਣੀ 'ਚ ਫਨਾ ਏ, ਮੇਰਾ ਚੌਥਾ ਸਰਕਾਰ ਫਰਮਾਉਂਦਾ ਇਤਨੀ ਫਨਾ ਹੈ ਮੇਰੀ ਪੁੱਫੀ ਮੇਰੇ ਬਾਬੇ ਦੀ ਜ਼ਾਤ 'ਚ। ਕਰਬਲਾ ਦੇ ਮੈਦਾਨ 'ਚ ਪੱਥਰ ਮੇਰੇ ਬਾਬੇ ਹੁਸੈਨ ਕੋ ਲੱਗਦਾ, ਆਈ ਖੂਨ ਮੇਰੀ ਫੁੱਫੀ ਦੀ ਪੇਸ਼ਾਨੇ 'ਚੋਂ ਨਿਕਲਦਾ। ਮੌਲਾ ਹੈ ਕਬੂਲ ਕਰੇ ਯਾਰ ਤੁਹਾਡੇ। ਹਾਂ, ਤੀਰ ਮੇਰੇ ਬਾਬੇ ਕੋ ਲੱਗਿਆ, ਜ਼ਖਮ ਮੇਰੀ ਫੁੱਫੀ ਦੇ ਬਦਨ 'ਤੇ ਖੜੋ ਰਹਿੰਦਾ। ਬਸ ਖਤਮ, ਮੁਗਾ ਹੀ ਖੜਾ ਬਾਬਾ। ਇਹੋ ਕੁਝ ਮੈਂ ਪੜ੍ਹਨੇ, ਏਡੂ ਸ਼ਾਹਜ਼ਾਦੇ ਹਨ ਜਿਨ੍ਹਾਂ ਦਾ ਮੈਂ ਜ਼ਿਕਰ ਕਰਨੇ। ਹੁਕਮ ਦਿੱਤਾ ਵੀਰਾ ਸ਼ਾਹਜ਼ਾਦਾ, ਕਿਉਂਕਿ ਜ਼ਾਕਰੀ 'ਚ ਮਜ਼ਮੂਨ ਘੱਟ ਪੜੀਂਦਾ। ਸ਼ਾਹਜ਼ਾਦਾ ਆਉਣ, ਸ਼ਾਹਜ਼ਾਦਾ ਮੁਹੰਮਦ, ਦੋਵੇਂ ਇਕੱਠੇ ਮੈਦਾਨ 'ਚ ਗਏ, ਇਕੱਠੇ ਸ਼ਹੀਦ ਥੈਨ। ਇਹ ਜੁਮਲਾ ਯਾ ਜ਼ਾਕਿਰ ਸਮਝੇ ਸੀ ਅਤੇ ਯਾ ਜ਼ਾਕਿਰ ਗਰ ਕੌਮ ਸਮਝੇ ਸੀ। ਮੁਲਤਾਨ ਵਾਲਾ ਨਾ ਸਮਝਿਆ ਤਾਂ ਬਾਹਰ ਕਹਿ ਨਹੀਂ ਸਮਝਣਾ ਜੁਮਲਾ। ਇਕੱਠੇ ਸ਼ਹੀਦ ਹੁਸੈਨ ਫਰਮਾਇਆ, ਭੈਣ ਇਹਨਾਂ ਦੋਹਾਂ ਕੋ ਮੈਂ ਆਪਣੇ ਕੋਲ ਕਰਬਲ 'ਚ ਇਕੱਠੇ ਸਮੇਂ ਸਾਂ। ਅਲੀ ਦੀ ਧੀ ਤੇਰੀ ਜੁਰਤ ਤੂੰ ਕੈਨਾਤ ਕੁਰਬਾਨ ਕਰ ਦੇਵਾਂ। ਇਹ ਨਾਜ਼ਿਕ ਦੌਰ ਏ, ਇਹ ਦੌਰ 'ਚ ਹਰ ਬੰਦੇ ਦਾ ਆਪਣਾ ਅਕੀਦਾ, ਆਪਣੀ ਸੋਚ ਏ, ਆਪਣਾ ਖਿਆਲ ਏ। ਮੇਰੇ ਅਕੀਦੇ ਮੁਤਾਬਿਕ ਜਿਹਦੇ ਕੋਲ ਇਮਾਮਤ ਟੁਰ ਕੇ ਆ ਕੇ ਮਸ਼ਵਰਾ ਮੰਗੇ, ਉਹ ਕੋ ਅਲੀ ਦੀ ਧੀ ਆਦਨ। ਜਿਹੜਾ ਹੁਸੈਨ ਆਖਾਂ ਨਾ ਮੈਂ ਦੋਹਾਂ ਕੋਲ ਸਮੇਂ ਸਾਂ, ਬਿਰਾ ਦੀ ਅੱਖ ਚੱਕ ਪਾ ਕੇ ਆਦੀ ਹੈ ਜਾਂ ਤਾਂ ਸਾਰੇ ਪੈਸੇ ਮੇਰੇ ਕੋਲ ਗਿਣੇ ਆ, ਮੈਂ ਜੋ ਅੱਧ ਪੈਸੇ ਦਿੱਤੇ ਨੇ ਮੇਰਾ ਹਿੱਕ ਸਮਸੀ। ਸਾਰਿਆਂ ਕੋ ਸਮਝ ਆ ਗਈ ਏ? ਇਹ ਹੁਣ ਮਾਵਾਂ ਭੈਣਾਂ ਦੇ ਵਹਿਣ ਗਵਾਈ ਦੇ ਸਨ। 9 ਜਾਂ 10 ਸਾਲ ਦਾ ਬੱਚਾ ਦਰਵਾਜ਼ੇ 'ਤੇ ਆ ਕੇ ਆਖੇ ਨਾ ਅੰਮਾ ਮੇਰਾ ਸਲਾਮ। ਮਾਂ ਪੁੱਛਦੀ ਹੈ ਕਿਨ 'ਤੇ ਬਹਿੰਦੇ? ਅੰਮਾ ਸਕੂਲ। ਕਿਤਨੀ ਦੇਰ ਬਾਅਦ ਵਲਸੇ? ਅੰਮਾ 5 ਘੰਟਿਆਂ ਬਾਅਦ। ਮਾਂ ਦੀਏ ਬੇਸ਼ੱਕ ਵੰਝ। ਮਾਂ ਤੇ ਮਿੰਨਤ ਲਾ, ਇਹ ਮੂੰਹ ਤਾਂ ਚੁਮਈ ਵੰਝ। ਸਮਝਾਏ, ਕਦਰ ਕਰੇ, ਮੂੰਹ ਤਾਂ ਚੁਮਈ ਵੰਝ। ਬੱਚਾ ਕਰੀਬਾ ਸੀ, ਮਾਂ ਇਹ ਪਾਸਾ ਚੁੰਮਸੀ ਨਾ ਆਖਸੀ, ਇਹ ਰੁਖਸਾਰ ਚੁੰਮ ਕੇ ਦਮ ਇਹਨੂੰ ਚੁਮਈ ਵੰਝ। ਟੁਰਦੇ ਲਈ ਜੁਮਲੇ 'ਤੇ ਅਗਰ ਹੀ ਭਰੇ ਮਜਮੇ 'ਚ ਇੱਕ ਠੱਡਾ ਸਾਹ ਹੀ ਨਿਕਲ ਆਇਆ ਨਾ ਤਾਂ ਸਵਾਬ ਬਾਬੇ ਦੀ ਕਬਰ ਤੱਕ ਪਹੁੰਚ ਵੇ ਸੀ। ਬਾਬੇ ਹੁਣ ਫਰਮਿੰਦਰ ਆਉਂਦੇ ਹਨ, ਟੁਰਦੇ ਲੈ ਵੱਡੇ ਸ਼ਾਹਜ਼ਾਦੇ ਆਉਣ ਇਵੇਂ ਰੁਖਸਾਰ ਆਗਾਂ ਕੀਤਾ, ਅਜੇ ਅੰਮਾ ਚੁੰਮ ਘੇਨ ਵੱਤ ਮਤਾਂ ਇਹ ਝਾ ਚੁੰਮਣ ਦੇ ਕਾਬਿਲ ਨਾ ਰਾਵੇ। ਸ਼ਾਬਾਸ਼ ਸ਼ਾਬਾਸ਼, ਆ ਕਿਵੇਂ ਬਣਦਾ ਤੁਹਾਡੀ ਆਜ਼ਾਦਾਰੀ ਸੋਹਣੀ ਹੈ ਕਿਤੇ। ਚੁੰਮ ਘੇਨ ਮਤਾਂ ਵੱਤ ਇਹ ਝਾ ਚੁੰਮਣ ਦੇ ਕਾਬਿਲ ਨਾ ਰਾਵੇ। ਆਉਣ ਅਲੀ ਦੀ ਧੀ ਤੂੰ ਮੂੰਹ ਚੁਮਾਉਣ ਕੋਈ ਮਜ਼ਾਕ ਏ? ਆਉਣ ਮੈਂ ਕੋਈ ਡਸਟ ਚੁਮੀਂਦਾ ਕਿਸ ਨਾਲ ਏ? ਅੰਮਾ ਹੋਂਟਣ ਨਾਲ। ਬੀਬੀ ਆਦੀ ਤੂੰ ਨਹੀਂ ਜਾਣਦਾ, ਇਹਨਾਂ ਹੋਂਟਣ ਨਾਲ ਮੈਂ ਤੇਰੇ ਮਾਮੇ ਹੁਸੈਨ ਕੋ ਚੁੰਮਦੀ ਹਾਂ। ਉਹ ਮੈਂ ਸਦਕ ਥੀ ਵਈਆਂ, ਇਹਨਾਂ ਲੱਭਾਂ ਨਾਲ ਮੈਂ ਅਕਬਰ ਦੀ ਸ਼ਕਲ 'ਚ ਰਸੂਲ ਕੋ ਚੁੰਮਦੀ ਹਾਂ। ਉਹ ਮੇਰਾ ਵਿਚੜਾ ਤੂੰ ਆਦੈ ਨਾ ਜੋ ਮੇਰੇ ਰੁਖਸਾਰ ਚੁੰਮ, ਮੈਂ ਤੇਰੀ ਕਬਰ ਦੀ ਮਿੱਟੀ ਚਾ ਕੇ ਚੁੰਮਸਾਂ। ਪਹਿਲੇ ਹੀ ਕਾਬਿਲ ਤਾਂ ਥੀ ਜੋ ਮੈਂ ਚੁੰਮਾਂ, ਮੇਰੀਆਂ ਕੁਝ ਸ਼ਰਤਾਂ। ਅੰਮਾ ਹੁਕਮ, ਬੀਬੀ ਆਦੀ ਹੈ ਮੇਰੀ ਪਹਿਲੀ ਸ਼ਰਤ, ਅਕਬਰ ਦੀ ਜਾਗੀਰ ਦੇ ਅੰਦਰੋਂ ਨਹੀਂ ਲਹਿਣਾ। ਬੀਬੀ ਆਦੀ ਹੈ ਬਾਹਰੋਂ ਲਵੇ ਹੁਸੈਨ ਨਾ ਗੇ 3000 ਦੇ ਕੇ ਪੁੱਤਰ ਸਮਾਏ।
ਅਲਮਾਨ ਅਲਮਾਨ ਮਾਹੌਲ ਹੀ ਕਰਬਲਾ ਦਾ ਬਣ ਗਿਆ। ਇਹ ਗੱਲ ਮਾਂ ਕੀਤੀ ਸ਼ਾਜਾ ਦੇ ਨਮਾ ਤੂੰ ਨਾ ਘਬਰਾ ਵਾਦਾ ਪੈ ਕਰੇ ਨੀ ਅਸਾਂ ਕੂਫੇ ਦੇ ਪਾਰ ਵੰਜਲਾ ਸੂ ਜਿਹੜੇ ਵਹਿਣ ਪੈ ਕਰੇ ਦਿਓ ਮੇਰੇ ਸਰ ਤੇ ਕੁਰਾਨ ਰੱਖੋ ਸਾਰਿਆਂ ਤੂੰ ਢੇਰ ਤਸੇ ਹੈ ਮੂੰਹ ਖੋਲਣਾ ਬੰਦ ਨਹੀਂ ਥੀਂਦਾ ਬੰਦ ਕਰਨਾ ਖੋਲ ਲੈਣ ਸੰਗਦੇ ਚਾਵੇਂ ਨਾਲ ਕਮਾਉਣ ਦੇ ਕਿਨਾਰੇ ਤੇ ਪਹਿਲੇ ਵੰਜ ਕੇ ਪਾਣੀ ਪੀਵੇ ਨਾ ਲੇਕਿਨ ਮਾਂ ਦੀ ਦੂਜੀ ਸ਼ਰਤ ਏਡੀ ਔਖੀ ਆਈ ਆ ਬੀਬੀ ਆਦ ਗਏ ਮੇਰੀ ਦੂਜੀ ਸ਼ਰਤ ਮੈਨੂੰ ਕੋਈ ਨਾ ਡਸੇ ਆਲੀਆ ਦੇ ਬਚੜੇ ਪਾਣੀ ਤੋਂ ਡਿਹਦੇ ਰਹਿਣ ਬੀਬੀ ਆਦ ਗਏ ਪਾਣੀ ਤੋਂ ਨਾ ਡਿੱਗੇ ਮੇਰੀ ਸ਼ਿਕਾਇਤ ਨਾ ਕਰੇ ਅਲਮਾਨ 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 ਸੋਹਣੇ ਆਸੂ ਪਏ ਆਂਦੇ ਨੇ ਅਮਾ ਅਸਾਂ ਸੁੱਚੇ ਸੂਈ ਨਹੀਂ ਅਮਾ ਬੀ ਆ ਹੁਕਮ ਬੀਬੀ ਆਦੀ ਹੈ ਜਿੱਥਾਂ ਲਾਸੋ ਇੱਕ ਪਾਸੋਂ ਕਦਰ ਕਰਿਆ ਬਈ ਇੱਕ ਪਾਸੋਂ ਤੁਹਾਡਾ ਨਾਨਾ ਅਲੀਆ ਸੀ ਬਾਪਾਸੂ ਨਾਨਾ ਨਬੀ ਆ ਸੀ ਪਾਣੀ ਦੇ ਜਾਮ ਚਈ ਵਧਿਓ ਸੀ ਬੀਬੀ ਆਦੀਆ ਜਦੋਂ ਪਾਣੀ ਨੇ ਵਲ ਲਗਾਇਆ ਗਨੇ ਪੀਂਦੇ ਆਲੇ ਸਕੀਨਾ ਤਸੀਏ ਬੀਬੀ ਆਦੀਆ ਉਹਨੇ ਕੁਹ ਗਿਆ ਸਾਡਾ ਮਾਮਾ ਤਸਾਏ ਸ਼ਾਬਾਸ਼ ਸ਼ਾਬਾਸ਼ ਪਿੰਨਣ ਦੇਵੇ ਲਵੇ ਯਾਰ ਅਮਾ ਅਸਾਂ ਉੱਥੇ ਹੀ ਨਾ ਪੀਸੂ ਅਮਾ ਬੀ ਆ ਹੁਕਮ ਬੀਬੀ ਆਦੀਏ ਦੇ ਦੇ ਪਾਇਓ ਤੁਹਾਡਾ ਮਾਮਾ ਲਾਸ਼ਾਂ ਚਾ ਚਾ ਥੱਕ ਪੀਏ ਬੀਬੀ ਆਦੀਏ ਜਿੱਤਾ ਲਵੇ ਚੁੱਪ ਕਰਕੇ ਸਮਝ ਸੋਹਣਿਆ ਸੁਆਗਤ ਤੁਹਾਡੇ ਤੁਰ ਪੈਣ ਇੱਕੀ ਸਵਾਰੀ ਤੇ ਹੁਸੈਨ ਸਵਾਰ ਕੀਤੇ ਦੂ ਜਾਂ ਚਾਰ ਵੈਣ ਰਾਂਦੇ ਮੌਲਾ ਸਿਹਤ ਦੇ ਸੀ ਤੇ ਮੈਂ ਪੜ ਗਈ ਇੱਕੀ ਸਵਾਰੀ ਤੇ ਇਹ ਮਾਵਾਂ ਭੈਣਾਂ ਦੇ ਵੈਣ ਗਵਾਈ ਦੇ ਸਨ ਵੱਡੇ ਦਾ ਮੂੰਹ ਮੈਦਾਨ ਵਾਲੇ ਪਾਸੇ ਛੋਟੇ ਦਾ ਖਿਆਮ ਵਾਲੇ ਪਾਸੇ ਇਸੇ ਵਾਸਤੇ ਰੱਖਾ ਜਿਤਨੇ ਤੱਕ ਵਹਿਣ ਦਾ ਰਾਜ਼ੀ ਮੇਰੀ ਭੈਣ ਦੋਡੇ ਦਈ ਰਾਸ ਤੁਹਾਨੂੰ ਸਮਝ ਨਹੀਂ ਆਈ ਮਾਂ ਡੂ ਛੋਟੀਆਂ ਛੋਟੀਆਂ ਤਲਵਾਰਾਂ ਡੇ ਛੋੜੀਆਂ ਮੈਦਾਨ ਜਵਾਨ ਕੇ ਦੱਸਾਏ ਅਸਾਂ ਜਾ ਫੇਰੇ ਤਿਆਰ ਦੇ ਪੁੱਤਰ ਸੋਹਣੀ ਜੰਗ ਕੀਤੀ ਨੇ ਜੰਗ ਕਰੇ ਦੇ ਵਧੇ ਵੱਡਾ ਛੋਟੇ ਤੋਂ ਡੇ ਗਿਆ ਦੇ ਕੇਰੀ ਜਾਏ ਛੋਟਾ ਦੇ ਮੰਦ ਵਾਦਾ ਭੁੱਲ ਗਈ ਹੈ ਅਕਬਰ ਦੀ ਜਾਗੀਰ ਦਾ ਬੰਨਾ ਮੁਕਦਾ ਪੀ ਹੈ ਵੱਡਾ ਦੇ ਬੰਨਾ ਮੁਕਦਾ ਪੀ ਹੈ ਮੇਰੇ ਸਲਾਮ ਡੇਵੇ ਮੈਂ ਲਾਂਦਾ ਪੀ ਹਾਂ ਮੁਲਤਾਨ ਲਿਆ ਮੜੀ ਸੈਣ ਦੇ ਛੋਟੇ ਪੁੱਤਰ ਗੁਜ਼ਾਲ ਮਜ਼ੀਨ ਤੂੰ ਹੀ ਵੇ ਲਾਏ ਜਿਵੇਂ ਸੂਈ ਤੇ ਫੁੱਲ ਚੈਂਦੇ ਆ ਇਹਨੂੰ ਬਣੇ ਜਾ ਲੱਥਾ ਇਹਨੂੰ ਮਾਮਾ ਉਠਾਇਆ ਭੈਣ ਬਿਰਾ ਦੇ ਅਗੂ ਹੱਥ ਬਣ ਕੇ ਆ ਦੀ ਅੱਗੇ ਲਾਸ਼ਾਂ ਚਾ ਚਾ ਥੱਕ ਗਿਆ ਹੈ ਹੁਣ ਪੁੱਤਰ ਮੇਰੇ ਤੂੰ ਚਾ ਨਹੀਂ ਆ ਜੇ ਥੱਲੇ ਗਏ ਹਨ ਨਹੀਂ ਨਹੀਂ ਜਿਨ੍ਹਾਂ ਦੇ ਹੱਥ ਸੀਨੇ ਤੇ ਨਹੀਂ ਹੈ ਜ਼ਰੂਰ ਆਸਨ ਇਹ ਪਹਿਲੀ ਮਾਂ ਹੈ ਪੁੱਤਰ ਕੁੱਠੇ ਪੈਣ ਹੁਣ ਹੱਥ ਖੁੱਲ੍ਹੇ ਰੱਖਾ ਹੈ ਪੁੱਤਰ ਕੁੱਠੇ ਪੈਣ ਬਿਰਾ ਕੋ ਨਹੀਂ ਮੰਨਣ ਦਿੰਦੀ ਰੋਕ ਕੇ ਫਰਮੈਂਦੇ ਨੇ ਹੁਣ ਰੋਕ ਨਹੀਂ ਰਸਤਾ ਭੈਣ ਮੜੀ ਚਾ ਵੀਰ ਦਾ ਕਰ ਜਲਾ ਹਾਵੇਂ ਹਾ ਬੀਬੀ ਆਦੀਏ ਕਿਹੜਾ ਕਾਰਜ ਹੁਸੈਨ ਆਦੇ ਤੇਰੇ ਅਕਬਰ ਕੋ ਮੈਂ ਜਾਇਆ ਹੈ ਮੇਰੇ ਆਉਣ ਕੋ ਆਣ ਚਵਾਵੇ ਅਲਹਮਦੁਲਿਲਾ ਸੋਹਣਿਆ ਸੁਆਗ ਮੈਂ ਕੋਈ ਮਲਿਆ ਦੀ ਕਸਮ ਜ਼ਿਕਰ ਦੀ ਕਸਮ ਜ਼ਿਕਰ ਦੇ ਵਾਰਸਾਂ ਦੀ ਕਸਮ ਅਲਮ ਦੀ ਕਸਮ ਅਲਮਾਲਿਆ ਦੀ ਕਸਮ ਜਿਹੜੇ ਕਰਬਲਾ ਦੇ ਜਵਾਰ ਬੈਠੇ ਨੇ ਮੇਰੀ ਗਵਾਹੀ ਦੇ ਸਨ ਸ਼ਾਹਜ਼ਾਦੇ ਆਉਣ ਦੇ ਵਹਿੰਦਾ ਤਈ ਪੂਰੇ 45 ਮਿੰਟ ਲੱਗਦੇ ਨੇ ਤੇ ਹੁਸੈਨ ਪੈਦਲ ਗਈ ਰੋਂਦਾ ਵਧੇ ਆਜਾ ਵਧੇ ਜਵਾਬ ਨਹੀਂ ਮਾਮਾ ਵਧਾ ਸਨੇ ਦੇਵੇ ਤੁਹਾਡਾ ਪੱਥਰ ਦਾ ਦਿਲ ਤਾਂ ਨਹੀਂ ਆ ਪਹਿਲੇ ਵੱਡੇ ਬਣੇ ਜੇ ਕੋਲ ਆਏ ਆਉਣ ਦਾ ਸਰ ਝੋਲੀ ਚ ਪਾਏ ਸ਼ਾਹਜ਼ਾਦਿਆ ਖੋਲੀ ਮਾਮਾ ਆ ਗਈ ਹੈ ਹਾਂ ਮੇਰਾ ਪੁੱਤਰ ਕੋਈ ਵਸੀਅਤ ਕੋਈ ਪੈਗਾਮ ਹਾਂ ਮਾਮਾ ਮੇਰੀ ਮਾਂ ਕੋ ਮੇਰੇ ਸਲਾਮ ਦੇਵੇ ਉਹ ਕੋ ਆਖੇ ਵੱਡਾ ਪੁੱਤਰ ਸਲਾਮ ਪਿਆ ਦੇਂਦਾ ਵੀ ਤੇ ਆਦਾ ਪਿਆ ਵੀ ਆ
ਤੁਹਾਡੇ ਪੁੱਤਰ ਦੇ ਸ਼ਹਿਰ ਚ ਨੇ ਸਮਦੇ ਤੋਣੇ ਇਤਨੀ ਮਿੰਨਤ ਤਾਂ ਲੈ ਸੀ ਚਾ ਸਾਕੂ ਸਦਕਾ ਸਮਝ ਕੇ ਅਕਬਰ ਦਾ ਮਾਂ ਖੀਰ ਦਾ ਹੱਕ ਬਖਾ ਸੇ ਸੀ ਚਾ ਬੇਵਾਰ ਸਮਗੂ ਐ ਮਾਮਾ ਸਾਕੂ ਇੱਕ ਬੇ ਕੋਲ ਸਮਾ ਰੋ ਗਿਨੋ ਜ਼ਿੰਦਗੀ ਦਾ ਕੋਈ ਪਤਾ ਨਹੀਂ ਜੀ ਨੌਕਰਾਂ ਨੌਕਰਾਂ ਬਾਬਾ ਇਸ ਤੋਂ ਔਖਾ ਵੈਣ ਸ਼ਾਹਜ਼ਾਦੇ ਆਉਣ ਕੁਚੈਸ ਉੱਥਾਂ ਹੀ ਸਮੈਸ ਜਿੱਥਾਂ ਆਉਣ ਦੀ ਕਬਰ ਹੈ ਮੁਹੰਮਦ ਕੁਚੈਸ ਹਾਂ ਨਾ ਲੈਸ ਰੋਂਦਾ ਵੱਜਾ ਆਸਮਾਨ ਦਾ ਦੇਖਿਆ ਦੇ ਹੁਣ ਰਾਜ਼ੀ ਹੈ ਮੇਰੀ ਭੈਣ ਦੀ ਨਸਲ ਮੁੱਕ ਗਈ ਇਹ ਜੁਮਲਾ ਹੈ ਬੜਾ ਔਖਾ ਤੇ ਕਦਰਦਾਨ ਹੀ ਕਦਰ ਕਰੇ ਸੀ ਸਯਦਾ ਦਰਾਵੀਏ ਮੇਰੀ ਭੈਣ ਦੀ ਨਜ਼ਰ ਮੁੱਕ ਗਈ ਏ ਬਣੇ ਜੇ ਕੁ ਸਮਾਇਸ ਇਹ ਪਹਿਲੀ ਮਾਂ ਓਏ ਪੁੱਤਰ ਖੂਨ ਹੀ ਤਲਫਦਾ ਪੀ ਪੁੱਤਰ ਦਾ ਖੂਨ ਨਹੀਂ ਪੁੰਜੇਂਦੀ ਭਿਰਾ ਦੀ ਹੰਝ ਪੁੰਜੇਂਦੀ ਬੀਬੀ ਆਦੀ ਹੈ ਤੂੰ ਨਰੋ ਮੇਰੀ ਨਿਭ ਵੈਸ ਹੱਥ ਚ ਜੋਣੇ ਮੇਰੀ ਸੈਣ ਜੁਮਲਾ ਔਖਾ ਬੀਬੀ ਆਦੀ ਹੁਸੈਨ ਨਾ ਪੁੱਛਦੀ ਮੇਰੇ ਬੱਚਣਾ ਜੰਗ ਕੀਤੀ ਹੈ ਜਾਂ ਕੋਈ ਨਾ ਲੜੇ ਨੀ ਜਾਂ ਕੋਈ ਨਾ ਪਾਣੀ ਪੀਤਾ ਨਹੀਂ ਜਾਂ ਕੋਈ ਨਾ ਬੀਬੀ ਆਦੀ ਮੈਂ ਕੋਈ ਇੱਕ ਹੀ ਗੱਲ ਦਾ ਜਵਾਬ ਦੇ ਮੈਂ ਜੋੜੀ ਭੇਜੀ ਆਈ ਇੱਕ ਜਾ ਸਮਾਂ ਤੁਹਾਡਾ ਪੱਥਰ ਦਾ ਦਿਲ ਤਾਂ ਨਹੀਂ ਹੁਸੈਨ ਮੂੰਹ ਤੇ ਮਾਤਮ ਕਰਕੇ ਦੇ ਭੈਣ ਕਿਆ ਪੁੱਛਦੀ ਜੇਰਾ ਚਾਵਣ ਦੇ ਕਾਬਲਹਾਈ ਉਕੂ ਚਾ ਕੇ ਨਲ ਲਾਇਆ ਮਡ ਆਉਣ ਤੇ ਘੋੜੇ ਭਜ ਗਏ ਹੈ ਨਾ ਉਕੂ ਤੋ ਹਮ ਜੀਰ ਸਮਾ ਇਕੋ ਕੋਲ ਸਮੇਂ ਦਾ ਕਰ ਬਲ ਵਿੱਚ